ਉੱਥੇ ਪਤਾ ਨਹੀਂ ਉਹਨਾਂ ਕੀ ਹੋ ਗਿਆ, ਕਿੰਨੀ ਸਾਰੀ ਜਿਹੜੀ ਆ ਪੁਲਿਸ ਖੜੀ ਆ, ਦੋ ਤਿੰਨ ਗੱਡੀਆਂ ਜਿਹੜੀਆਂ ਪੁਲਿਸ ਦੀਆਂ ਇੱਧਰ ਤੋਂ ਇੱਧਰ ਖੜੀਆਂ। ਇੱਧਰ ਅੱਜ ਕੁਛ ਇਸ ਤਰ੍ਹਾਂ ਕਾ ਹੈ, ਕਲਾਉਡੀ ਹੈ, ਕੱਲ੍ਹ ਕਾਫੀ ਬਾਰਿਸ਼ ਪੜੀ ਹੈ, ਅੱਜ ਵੀ ਕਾਫੀ ਸਾਰੇ ਬਾਦਲ ਹੈ ਫੈਲੇ ਹੋਏ, ਇਸ ਤਰ੍ਹਾਂ ਸਾਰੀ ਤਰਫ ਕਲਾਊਡ ਹੀ ਕਲਾਊਡ ਹੈ। ਯਹਾਂ ਪਰ ਵੋ ਦੇਖੀਏ ਸਾਰਸ ਖੜੀ ਹੋਈ ਹੈ ਸਾਈਡ ਮੇਂ, ਮੈਂ ਇੱਕ ਸਾਈਡ ਮੇਂ ਹੋ ਜਾਊਂਗੀ ਤਾਂ ਕਿ ਕਿਸੇ ਕੋ ਡਿਸਟਰਬ ਨਾ ਕਰੋ। ਤੋ ਵੋ ਬਾਹਰ ਆ ਕੇ ਖੜੀ ਹੈ, ਇਧਰ ਲੋਕ ਵੀ ਉਸਕਾ ਫੋਟੋ ਖਿੰਚ ਰਹੇ ਹੈ, ਮੈਂ ਵੀ ਆਸਤਾ ਆਸਤਾ ਉਸ ਕਿਤੇ ਕਰੀਬ ਜਾ ਰਹੀ ਹਾਂ। ਇਹ ਫਿਸ਼ ਖਾਣੇ ਵਾਲੀ ਸਾਰਸ ਹੈ, ਯਹਾਂ ਪਰ ਦੇਖੇ ਮੈਂ ਦੇਖਣਾ ਕਿਤਨਾ ਕੁ ਪੇਸ਼ੈਂਸ ਹੈ ਇਸਮੇ। ਲਓ ਅਬ ਜੇ ਉੜ ਗਈ ਹੈ ਔਰ ਉਹਦਾ ਜਾ ਕੇ ਦਰਖਤ ਕੇ ਉੱਪਰ ਬੈਠ ਜਾਏਗੀ, ਉਹਦਾ ਜਾ ਕੇ ਬੈਠ ਗਈ ਹੈ। ਔਰ ਇੱਧਰ ਸਮਾਨ ਵੀ ਸਮੀਰ ਕੇ ਸਾਥ ਫਿਰ ਰਹੀ ਹੈ ਕਿ ਹੋ ਸਕਤਾ ਹੈ ਹਮਾਰੇ ਲਈ ਬ੍ਰੈਡ ਲੈ ਕੇ ਆਏ, ਕੱਲ੍ਹ ਥੋੜ੍ਹੇ ਸੇ ਮੈਨੇ ਰੱਖੇ ਤੇ ਮੈਨੂੰ ਯਾਦ ਹੀ ਭੁੱਲ ਜਾਤਾ ਹੈ ਜਬ ਵੋ ਕੇ ਲੀਏ ਨਿਕਲਤੇ ਹੈ। ਇਸ ਤਰ੍ਹਾਂ ਕਾ ਸੀਨ ਹੈ ਯਹਾਂ ਪਰ। ਔਰ ਇੱਧਰ ਕਬੂਤਰ ਜੋ ਹੈ ਵੋ ਧੂਪ ਔਰ ਗਰਮੀ ਸੀਖ ਰਹੇ ਹੈ। ਇੱਧਰ ਇੱਕ ਕਬੂਤਰ ਨੇ ਜੇ ਜੇ ਵਾਲਾ ਕਬੂਤਰ ਹੈ, ਇਸਨੇ ਪੂਪੂ ਕੀ ਆ ਫਲੋਰ ਪੇ ਮੇਰੇ ਸਾਹਮਣੇ, ਪਤਾ ਨਹੀਂ ਕੈਮਰੇ ਮੇਂ ਆਇਆ ਕਿ ਨਹੀਂ ਆਇਆ। ਯਹਾਂ ਪਰ ਇਹ ਸਾਰੇ ਕੇ ਸਾਰੇ ਜੋ ਹੈ ਇਹ ਧੂਪ ਮੇਂ ਬੈਠੇ ਹੋਏ ਹੈ। ਅੱਜ ਮੈਂ ਗਰਮੀ ਥੀ ਤੋ ਮੁਝੇ ਬਿਲਕੁਲ ਨਹੀਂ ਸਰਦੀ ਲੱਗ ਰਹੀ ਥੀ, ਜਬ ਮੈਂ ਬਾਹਰ ਆਈ ਹੂੰ ਤੋ ਥੋੜ੍ਹਾ ਸਾ ਕੋਲਡ ਫੀਲ ਹੁਆ ਹੈ, ਸਰਦੀ ਲੱਗੀ ਹੈ। ਅਤੇ ਜੇ ਦੇਖੇ ਕਿਤਨਾ ਆਰਾਮ ਕਰ ਰਹੀ ਹੈ, ਖਾ ਪੀ ਕੇ ਧੂਪ ਸੇਕਤੇ ਹੈ। ਜੈਸੇ ਹਮ ਖਾਣਾ ਖਾਣੇ ਕੇ ਬਾਅਦ ਹਮੇਂ ਕਿਆ ਹੋਤਾ ਹੈ ਕਿ ਹਮ ਕਰਤੇ ਹੈ ਥੋੜ੍ਹਾ ਸਾ ਨੀਂਦ ਆਉਣੇ ਲੱਗਤੀ ਹੈ ਨਾ, ਇਨਕੇ ਵੀ ਜਬ ਪੇਟ ਭਰੇ ਹੋਤੇ ਹੈ ਤੋ ਫਿਰ ਇਨਕੋ ਨੀਂਦ ਆਉਣਾ ਸ਼ੁਰੂ ਹੋ ਜਾਤੀ ਹੈ। ਤੋ ਇਨਕੀ ਆਂਖੇ ਦੇਖੇ ਕਿਸ ਤਰ੍ਹਾਂ ਔਰੰਜ ਔਰੰਜ ਸੀ ਹੈ, ਅਬ ਥੋੜ੍ਹਾ ਸਾ ਇਨਕੋ ਐਕਟਿਵ ਕਰਤੇ। ਜੇ ਉੱਧਰ ਸੇ ਬੈਠ ਕੇ ਉੱਧਰ ਉੱਠ ਗਏ, ਬਸ ਇਤਨਾ ਹੀ ਹੋ ਗਿਆ। ਯਹਾਂ ਪਰ ਕੁਛ ਇਸ ਤਰ੍ਹਾਂ ਕਾ ਸੀਨ ਹੈ। ਇਹ ਵਾਲੀ ਜੋ ਸਮਾਨ ਹੈ ਇਹ ਆਪਣੇ ਹੱਥ ਪਾਉਂ ਮੂੰਹ ਵਗੈਰਾ ਧੋ ਰਹੀ ਥੀ ਪੰਜੋਂ ਵਗੈਰਾ ਸੇ, ਔਰ ਕੁਛ ਉੱਧਰ ਡਕਸ ਵਗੈਰਾ ਆ ਰਹੀ ਹੈ ਯਹਾਂ ਪਰ। ਉਹ ਦੇਖੇ ਥੋੜ੍ਹੀ ਦੇਰ ਮੇਂ ਧੂਪ ਹੋਤੀ ਹੈ ਫਿਰ ਬਾਦਲ ਆ ਜਾਤੇ, ਕੱਲ੍ਹ ਕਾਫੀ ਬਾਰਿਸ਼ ਹੋਈ ਹੈ। ਯਹਾਂ ਪਰ ਦੇਖੇ ਇਸ ਤਰ੍ਹਾਂ ਕਾ ਸੀਨ ਹੈ। ਔਰ ਉਧਰ ਵੋ ਬੈਠੇ ਹੋਏ ਹੈ ਕਬੂਤਰ ਜਿਨਕੀ ਮੈਨੇ ਤਸਵੀਰ ਬਣਾਈ ਥੀ। ਔਰ ਯਹਾਂ ਪੇ ਜੇ ਸਵਾਨ ਨੀਚੇ ਬ੍ਰਿਜ ਮੇਂ ਚਲੇ ਗਈ, ਜੇ ਵੀ ਚਲੇ ਜਾਏਗੀ ਅਗਰ ਕਹੀਂ ਸੇ ਇਨਕੋ ਮਿਲ ਜਾਏ ਨਾ ਸਮੈਲ ਆ ਜਾਤੀ ਹੈ ਇਨਕੋ ਖਾਣੇ ਕੀ, ਫਿਰ ਇਸ ਤਰਫ ਕੋ ਜੇ ਚਲ ਪੜਤੇ ਹੈ। ਯਹਾਂ ਪਰ ਦੇਖੇ ਜੇ ਸਵਾਨ ਆਪਣੇ ਬੱਚੋਂ ਕੋ ਜ਼ਮੀਨ ਸੇ ਢੂੰਡ ਢੂੰਡ ਕੇ ਖਾਣਾ ਖਿਲਾ ਰਹੀ ਹੈ, ਉਹ ਨੀਚੇ ਆਪਣੀ ਬੀਕ ਲੈ ਕੇ ਜਾਤੀ ਹੈ ਚੂੰਚ ਡੀਪ ਡਾਊਨ ਕਰਕੇ ਫਿਰ ਨਿਕਾਲ ਕੇ ਉਨਕੇ ਸਾਹਮਣੇ ਰੱਖ ਦਿੱਤੀ ਹੈ। ਉਸਕੇ ਤਿੰਨ ਬੱਚੇ ਹੈ, ਪਹਿਲੇ ਪਾਂਚ ਥੇ ਅਬ ਤਿੰਨ ਰਹਿ ਕੇ ਹੈ। ਜੇ ਲੋਕੋਂ ਕਾ ਘਰ ਦਰਿਆ ਕੇ ਕਿਨਾਰੇ ਹੈ ਔਰ ਜੇ ਸੀ ਵਿਊ ਦਰਿਆ ਕਾ ਦੇਖਤੇ ਹੈ, ਪੋਰਟ ਭਰੀ ਖੜੀ ਹੋਈ ਹੈ। ਯਹਾਂ ਪਰ ਆਪ ਦੇਖੇ ਕਿ ਜੇ ਦਰਖਤ ਜੋ ਹੈ ਨਾ ਯੇ ਮੋਢ ਸੇ ਆਪਕੋ ਸੂਖਾ ਹੁਆ ਲਗਤਾ ਹੈ, ਔਰ ਇਸਕੀ ਜੋ ਬ੍ਰਾਂਚੇ ਹੈ ਲਗਤਾ ਹੈ ਕਿ ਪੂਰੀ ਟ੍ਰੀ ਹੈ ਖੜੀ ਹੈ ਲੇਕਿਨ ਸੂਕ ਚੁੱਕੀ ਹੈ। ਤੋ ਜੈਸੇ ਜੈਸੇ ਆਪ ਦੇਖਤੇ ਜਾਤੇ ਹੈ ਨਾ, ਲੇਕਿਨ ਜਬ ਆਪ ਉੱਪਰ ਦੇਖਤੇ ਹੈ ਨਾ ਤੋ ਉੱਪਰ ਸੇ ਹਰਾ ਹੈ, ਅੱਲਾਹ ਤਾਲਾ ਕੀ ਸ਼ਾਨ ਹੈ। ਬਹੁਤ ਸਾਰੇ ਪਰਿੰਦੋ ਨੇ ਇਸਕੇ ਉੱਪਰ ਘੌਂਸਲੇ ਵੀ ਬਣਾਏ ਹੋਤੇ ਹੈ। ਬਹੁਤ ਅਗਰ ਕਿਸੀ ਦਰਖਤ ਕੇ ਉੱਪਰ ਘੌਂਸਲਾ ਬਣਾ ਹੁਆ ਹੋ ਤੋ ਫਿਰ ਵੋ ਕਾਟ ਨਹੀਂ ਸਕਤੇ, ਕੌਂਸਲ ਜੋ ਹੋਤੀ ਹੈ ਲੋਕਲ ਗਵਰਨਮੈਂਟ ਹੋਤੀ ਹੈ ਉਸਕੋ ਕਾਟ ਨਹੀਂ ਸਕਤੀ। ਲੇਕਿਨ ਦੇਖੇ ਕਿ ਜੇ ਦਰਖਤ ਕਿਸ ਤਰਫ ਇਸ ਤਰ੍ਹਾਂ ਹੈ ਲੇਕਿਨ ਨੀਚੇ ਸੇ ਯੇ ਸੂਕਾ ਹੁਆ ਹੈ। ਅਸਲ ਮੇਂ ਕਿਆ ਬਾਤ ਹੈ ਕਿ ਯੇ ਜੋ ਇਰਦ ਗਿਰਦ ਆਪਕੋ ਸੂਕਾ ਨਜ਼ਰ ਆ ਰਹਾ ਹੈ ਨਾ, ਐਕਚੁਲੀ ਯੇ ਵੀਡ ਹੈ ਜੋ ਇਸ ਦਰਖਤ ਕੇ ਉੱਪਰ ਚੜ੍ਹ ਚੁੱਕੀ ਥੀ ਔਰ ਬਹੁਤ ਸਟਰੋਂਗ ਹੋ ਚੁੱਕੀ ਥੀ, ਬਹੁਤ ਤਾਕਤ ਲੈ ਚੁੱਕੀ ਥੀ ਔਰ ਇਸਕੀ ਸੇ ਤਾਕਤ ਹਾਸਲ ਕਰ ਰਹੀ ਥੀ, ਜਿਸਕੀ ਵਜ੍ਹਾ ਸੇ ਜੇ ਪੌਦਾ ਕਮਜ਼ੋਰ ਥਾ। ਅਬ ਕੌਂਸਲ ਨੇ ਕਿਆ ਕੀਆ ਕਿ ਇਸ ਵੀਡ ਕੋ ਕਿਸੀ ਤਰੀਕੇ ਸੇ ਉਨ੍ਹੋਂਨੇ ਕਿਲ ਕਰ ਦਿਆ ਹੈ ਨੀਚੇ ਸੇ, ਤੋ ਵੋ ਜੋ ਵੀਡ ਹੈ ਜਾਂ ਕੋਈ ਜੋ ਕਲਾਈਮਿੰਗ ਥਿੰਗ ਥੀ ਵੋ ਸੂਕ ਚੁੱਕੀ ਹੈ, ਲੇਕਿਨ ਦਰਖਤ ਪਹਿਲੇ ਵੀ ਹਰਾ ਥਾ
और अब भी हरा भरा हो गया, अभी भी वो वैसे ही स्टिल खड़ा है। इसकी खुशबू भी बहुत ही अच्छी आती है। तो जिस तरह सर में जुएं पड़ जाए ना, तो सर की जुएं जो हैं वो दिमाग का खून चूस चूस के इंसान को डिस्टर्ब करती हैं, दिमाग को कमज़ोर करती हैं। इसी तरीके से ये वीड होती है जो दरख्त को कमज़ोर कर देती है। तो इस तरह काफ़ी बार इस तरह की आईवी जो है ना, ये चढ़ जाती है दरख्तों के ऊपर और दरख्तों की स्टेम में अपना जगह बना लेती है, और उसके ऊपर चढ़ते चढ़ते बिल्कुल उस दरख्त को अपाहज कर देती है। जिस तरह स्पाइडर जो है वो खाता है ना उसको, फ्लाइज को, इसी तरीके से ये भी हिसाब किताब है। तो ये देख अल्लाह ताला की शान है, दरख्त जो खुद खड़ा हुआ था वो अभी भी खड़ा है, लेकिन जो वीड है वो सूख चुकी है। यहाँ पर भी इस दरख्त को देखिए, बाकी तो दरख्त साफ़ हो रहे हैं, बल्कि कौंसिल जो है ना ये सारे के सारे दरख्त साफ़ कर रही है। ये इतनी ज़्यादा फैल जाती, इतनी स्ट्रेंथ होती है, जितना भी जो दरख्त को ताकत मिलनी होती है ना उसके उससे हासिल करके ये ले जाती हैं। ये बाबा आदम अलैहिस्सलाम की तरह 60 फीट हाई ट्रीज़ हैं। और यहाँ पे देखें, इसके ऊपर से भी कौंसिल ने उतार दी है, थोड़ा सा रहता है नीचे से, और यहाँ पे भी इसी तरीके से उतारेंगे। इस तरह ये चढ़ जाती है और सारी की सारी दरख्तों पे कब्ज़ा कर लेती है। ये एक दरख्त पे नहीं, अगर आप यहाँ पर देखें तो दीवारों पे भी यही हाल है। इसको कहते हैं वॉल कैंसर और ट्री कैंसर। ये जब क्लाइम करती है तो ये अपनी जो जड़ें होती हैं ये उसमें पैवंद कर लेती है, डाल लेती है, और जिससे इसको ताकत मिलती है और ये ज़्यादा फ्लोरिश करती है और दरख्त जो है वो सूखना शुरू हो जाता है। आज मैं यहाँ पर सॉर्टिंग ऑफिस आई हुई हूँ। ये पोस्ट ऑफिस है, बहुत सारा रॉयल मेल्स का, और यहाँ पर पोस्ट बॉक्स बने हुए हैं रॉयल मेल के। तो क्वीन का ताज भी इस पर बना हुआ है, किंग का या क्वीन का, रॉयल मेल जितनी भी पोस्ट जाती है इनमें से जाती है। यहाँ पर भी ये बना हुआ है, और उधर एक बिल्ली है, बिल्ली जो है वहाँ से पता नहीं घास खा रही है। तो मैं खड़ी खड़ी बोर हो रही थी, तो मैंने सोचा कि चलो कैमरा ही निकाल लेती हूँ। यहाँ पे टाइमिंग लिखी हुई है, बॉक्स इस तरह डालते हैं, लेटर उधर थैले रखे होते हैं, थैलों में पड़े जाता है। बिल्ली के गले में बैग है, जिसका मतलब है कि ये बिल्ली किसी की बिलोंगिंग करती है। पार्सल पोस्ट बॉक्स बाय पोस्टेज ऑनलाइन ड्रॉप ऑफ हियर 24/7 आवर्स अ डे एंड 7 डेज अ वीक royalmail.com। ये इधर लिखा हुआ है, और इस तरह का सीन है। यहाँ पर गाड़ियाँ आ जा रही हैं, बहुत सारी रेड कार्स यहाँ पे खड़ी हैं। थोड़ा सा जो एप्पल है ये आपके साथ शेयर कर लिया जाए कि किस तरह माशाल्लाह लगे हुए हैं। ब्रांचेस सारी झुकी हुई हैं। अगर तो जो दरख्त होता है बहुत सीधा सीधा ऊपर को ही जा रहा हो तो उसके ऊपर फल नहीं होता। अगर आप इन ब्रांचों को देखें तो ये खाली हैं, और अगर वो बहुत ज़्यादा नीचे गिर जाए तो इसका मतलब होता है कि ये आजिज है और इस पर भरपूर फल लगा है। और इसके साथ ही इस एप्पल ट्री पे सिर्फ कुछ ही ग्रेप लगे हैं, एप्पल लगे हैं। अब हम यहाँ पे दीदार कर लेते हैं ग्रेप्स का। तो यहाँ पे ग्रेप्स के गुच्छे जो हैं पक कर बिल्कुल तैयार हो चुके हैं, काफ़ी खट्टे मीठे हैं ग्रेप्स इसके, और कटाई भी करने वाले हैं।
मैं भी देख रही हूँ साथ साथ में, आप बहन भाइयों को भी दिखा रही हूँ। ये देखिए सारे के सारे ये ग्रेप्स हैं, वो देखिए काले रंग के ग्रेप्स हैं जिसको जिनको रेड वाइन भी लगती है। यहाँ पर आप बेशक वो जो पाकिस्तान वाला बड़ा सारा टोकरा नहीं होता वो भर ले, इतने सारे ग्रेप्स हैं। और इधर से भी पक पक के ना नीचे को आ रहे हैं। अगर जब हम प्लास्टिक की शीट्स निकाल दें तो ग्रेप्स की जो होंगे ना गुच्छे वो आपको नीचे को लटकते हुए नज़र आएंगे, जिस तरह सेब नज़र आ रहे हैं। तो मैंने सोचा कि देखें, तीन चार दिन बहुत सख्त गर्मी पड़ी है तो क्या सिचुएशन है ग्रेप्स की। तो एक बार तो गुलाब के ऊपर चढ़े थे और मैंने जब वो गुलाब से तोड़े थे ना तो मेरे हाथों पे बड़े कांटे चुभे थे। और यहाँ पर देख लें, सुभान अल्लाह अल्हम्दुलिल्लाह।